ਦੌਰਾ ਕੀਤਾ ਜੀ, ਕੀ ਕਹਿਣਾ ਚਾਹੁੰਦੇ? ਚਲੋ, ਪ੍ਰੈਸ ਦੇ ਵੀਰਾਂ ਦਾ ਸਵਾਗਤ ਹੈ ਜੀ। ਮੈਂ ਅੱਜ ਮਾਨਸਾ ਕੌਂਸਟੀਚੁਐਂਸੀ 'ਚ ਆਇਆ। ਸਾਡੇ ਪ੍ਰੇਮ ਅਰੋੜਾ ਜੀ ਇੱਥੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਨੇ। ਮੇਰੀ ਡਿਊਟੀ ਲੱਗੀ ਹੈ ਇੱਥੇ ਕਿ ਮੈਂ ਇੱਥੇ ਆ ਕੇ ਇੱਥੇ ਵਪਾਰੀਆਂ ਨੂੰ ਜਾਂ ਇਹਨਾਂ ਦੇ ਸਭ ਦੇ ਰੂਬਰੂ ਹੋਵਾਂ। ਅਤੇ ਮੈਂ ਆਪਣੀ ਜੋ ਪ੍ਰਧਾਨ ਜੀ ਨੇ ਸਰਦਾਰ ਸੁਖਬੀਰ ਬਾਦਲ ਜੀ ਨੇ ਮੇਰੀ ਡਿਊਟੀ ਲਾਈ ਹੈ, ਮੈਂ ਉਹ ਡਿਊਟੀ ਕਰਨ ਆਇਆ। ਅਤੇ ਲੋਕਾਂ ਨੂੰ ਇਹੀ ਵਿਸ਼ਵਾਸ ਦਿਵਾਉਣ ਆਇਆ ਕਿ ਜਿਸ ਸਰਕਾਰ ਨੇ, ਸ਼੍ਰੋਮਣੀ ਅਕਾਲੀ ਦਲ ਨੇ 10 ਸਾਲਾਂ ਦੇ ਵਿੱਚ ਪੰਜਾਬ ਦੀ ਨੁਹਾਰ ਬਦਲੀ ਆ, ਪੰਜਾਬ ਦੇ ਹਾਈਵੇਜ਼ ਵੇਖ ਲਓ, ਪੰਜਾਬ ਦੇ ਸ਼ਹਿਰਾਂ ਦੀ, ਇੱਥੇ ਮਾਨਸੇ ਦੀ, ਅੱਜ ਇੱਥੇ ਬੈਠੇ ਹਾਂ, ਇਹ ਵੀ ਮੈਨੂੰ ਦੱਸਿਆ ਗਿਆ ਕਿ ਸਭ ਤੋਂ ਵੱਡਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ, ਇੱਥੇ ਵੀ ਜਿਹੜਾ ਪੈਸਾ ਇਹਨਾਂ ਭਵਨਾਂ ਵਾਸਤੇ, ਇਸ ਇਨਫਰਾਸਟਰਕਚਰ ਵਾਸਤੇ ਦਿੱਤਾ। ਅਤੇ ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਐਂਡ ਟੂ ਐਂਡ ਵਾਲ ਟੂ ਵਾਲ ਮੈਂ ਵੇਖਿਆ, ਸੜਕਾਂ ਬਣੀਆਂ, ਟਾਈਲਾਂ ਲੱਗੀਆਂ ਸਾਈਡਾਂ 'ਤੇ, ਡਸਟ ਫਰੀ ਸੜਕਾਂ ਬਣਾਈਆਂ, ਪਰ ਇਹਨਾਂ ਨੇ ਤਾਂ ਸਫਾਈ ਵੀ ਨਹੀਂ ਕੀਤੀ। ਸੈਂਟਰ ਬਰਜਾਂ ਦੇ ਵਿੱਚ ਪੂਰੀਆਂ LED ਲਾਈਟਾਂ ਲੱਗੀਆਂ ਵਾ, ਇਹਨਾਂ ਕੋਲ ਸਾਡੀਆਂ ਲਾਈਆਂ ਲਾਈਟਾਂ ਨਹੀਂ ਲਗਾਈਆਂ ਗਈਆਂ। ਇਹੀ ਅੰਮ੍ਰਿਤਸਰ ਦਾ ਹਾਲ ਆ, ਇਹੀ ਹਰ ਸ਼ਹਿਰ ਦਾ ਹਾਲ ਆ। ਭਾਵੇਂ ਬਠਿੰਡੇ ਚੱਲ ਜਾਓ, ਭਾਵੇਂ ਇੱਥੇ ਆ ਜਾਓ, ਭਾਵੇਂ ਕਿਤੇ ਵੀ ਪੂਰੇ ਪੰਜਾਬ ਚੱਲ ਜਾਓ, ਜੋ ਅਸੀਂ ਇਨਫਰਾਸਟਰਕਚਰ ਕ੍ਰੀਏਟ ਕੀਤਾ ਸੀ ਉਹ ਵੀ ਇਹ ਮੇਨਟੇਨ ਨਹੀਂ ਕਰ ਪਾਏ। ਇਹ ਮੇਨਟੇਨ ਨਹੀਂ ਕਰ ਲੈਂਦੇ, ਸਾਡੀਆਂ ਲਾਈਆਂ ਬੱਤੀਆਂ ਜਗਾ ਦਿੰਦੇ ਤਾਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ। ਇਹ ਸਫਾਈ ਕਰ ਦਿੰਦੇ ਇਹਨਾਂ ਸੜਕਾਂ ਦੀ, ਮਾੜੀ ਮੋਟ ਰਿਪੇਅਰ ਹੀ ਕਰ ਦਿੰਦੇ। ਪਿਛਲੀ ਵਾਰੀ ਤਾਂ ਚੰਨੀ ਸਾਹਿਬ ਜਿਹੜੇ ਹੁਣ ਮੁੱਖ ਮੰਤਰੀ ਬਣੇ ਆ, ਉਹਨਾਂ ਨੇ ਉਦੋਂ ਆਖਿਆ ਸੀ ਵੀ 2002-7 ਦੀ ਜਿਹੜੀ ਸਰਕਾਰ ਸੀ ਉਹ ਪੈਚ ਲਾਏ ਸੀ ਉਹਨੇ, ਐਰ ਕਿਤੇ ਇਹਨਾਂ ਨੇ ਪੈਚ ਵੀ ਨਹੀਂ ਲਾਏ, ਐਰ ਕਿਤੇ ਇਹਨਾਂ ਨੇ ਜਲੂਸ ਕੱਢਤਾ। ਅਤੇ ਆਪਸ ਖਿਚਾਈ, ਲੱਤ ਖਿਚਾਈ ਇੰਨੀ ਹੈ ਇਹਨਾਂ ਦੀ ਕੁਰਸੀ ਦੀ ਕਿ ਪਹਿਲਾਂ ਕੈਪਟਨ ਦੇ ਦੁਆਲੇ ਹੋਏ ਰਹੇ, ਪਹਿਲਾਂ 4.5 ਸਾਲ ਤਾਂ ਬੋਲੇ ਨਹੀਂ, 4.5 ਸਾਲ, 4.5 ਸਾਲਾਂ ਬਾਅਦ ਇਹਨਾਂ ਨੂੰ ਚੇਤਾ ਆਇਆ ਵੀ ਅਸੀਂ ਕੁਛ ਕਰ ਨਹੀਂ ਪਾਏ ਅਤੇ ਕੈਪਟਨ 'ਤੇ ਸਾਰਾ ਚੱਕਰ ਸੁੱਟ ਦਈਏ ਅਤੇ ਕੋਈ ਨਵਾਂ ਪ੍ਰਬੰਧ ਕਰੀਏ। ਉਹਦੇ 'ਚ ਜਾਖੜ ਸਾਹਿਬ ਦਾ ਨਾਂ ਆਇਆ, ਵੋਟਾਂ ਪਾਈਆਂ ਉਹਨਾਂ ਨੇ MLA ਨੇ, ਫਿਰ ਰੰਧਾਵੇ ਨੂੰ ਸੈਕਿੰਡ ਨੰਬਰ 'ਤੇ ਵੋਟਾਂ ਪਾਈਆਂ, ਜਿਹੜਾ ਸਭ ਤੋਂ ਜ਼ਿਆਦਾ ਇੱਛਕ ਸੀ ਨਵਜੋਤ ਸਿੰਘ ਸਿੱਧੂ, ਉਹਨੂੰ ਕਿਸੇ ਨੇ ਵੋਟ ਹੀ ਨਹੀਂ MLA ਨੇ ਪਾਈ, ਇਹਦਾ ਮਤਲਬ ਉੱਥੇ ਕੋਈ ਵਿਸ਼ਵਾਸ ਹੀ ਨਹੀਂ ਕਰਦਾ। ਪਰ ਉਹਦੇ ਮਨ 'ਚੋਂ ਲਾਲਚ ਫਿਰ ਨਹੀਂ ਗਿਆ, ਉਹਨੇ ਨਾ ਜਾਖੜ ਨੂੰ ਬਣ ਦਿੱਤਾ ਅਤੇ ਨਾ ਰੰਧਾਵੇ ਨੂੰ ਬਣ ਦਿੱਤਾ, ਅਤੇ ਆਪ ਉਹਨੂੰ ਬਣਾਉਣਾ ਨਹੀਂ ਸੀ ਚਾਹੁੰਦੀ ਪਾਰਟੀ, ਕਿਉਂਕਿ MLA ਕੋਈ ਨਹੀਂ ਚਾਹੁੰਦਾ, ਅਤੇ ਲਾਟਰੀ ਨਿਕਲੇ ਚੰਨੀ ਸਾਹਿਬ ਦੀ। ਇਹ ਮਜਬੂਰੀ ਦੇ ਮੁੱਖ ਮੰਤਰੀ ਜਿਹੜੇ ਆ, ਇਹ ਜਿਹੜੀਆਂ ਅਨਾਊਂਸਮੈਂਟਾਂ ਕਰਦੇ ਪਏ ਆ, ਇਹਨਾਂ ਨੂੰ ਬੰਦਾ ਪੁੱਛੇ ਵੀ ਤੁਸੀਂ ਪਹਿਲਾਂ ਵੀ ਮਿਨਿਸਟਰ ਸੀਗੇ, ਉਦੋਂ ਤਾਂ ਬੋਲੇ ਨਹੀਂ, ਉਦੋਂ ਵਜ਼ੀਫੇ ਗਰੀਬਾਂ ਦੇ ਜਿਹੜੇ ਆ ਉਹ ਸਕੋਲਰਸ਼ਿਪ ਖਾ ਗਿਆ ਧਰਮਸੋਤ, ਉਦੋਂ ਤੁਸੀਂ ਨਹੀਂ ਬੋਲੇ। ਉਦੋਂ ਇਹ ਸਰਕਾਰ ਜਿਹੜੀ ਇਹੀ ਚੱਲਦੀ ਪਈ ਸੀ, ਉਦੋਂ ਬੱਸਾਂ ਦੇ ਪਰਮਿਟ ਜਿਹੜੇ ਆ ਕੀ ਸੀ, ਉਦੋਂ ਮਾੜੀ ਮਿਲੀ ਭੁਗਤਣਾ ਚੱਲਦਾ ਸੀ। ਤੁਸੀਂ ਮਾਫੀਆ ਖਤਮ ਕਰਨ ਦੀਆਂ ਗੱਲਾਂ ਕਰਦੇ ਸੀ, ਉਹ ਰੇਤਾ ਦੇ 2.5 ਗੁਣਾ ਰੇਟ ਹੋ ਗਏ ਪਈ ਸਾਡੀ ਸਰਕਾਰ ਨਾਲੋਂ ਵੀ, ਹੈਂ, ਉਦੋਂ ਤੁਸੀਂ ਨਹੀਂ ਬੋਲੇ। ਉਹਨਾਂ ਸਾਰੀਆਂ ਮੰਤਰੀਆਂ, ਸਾਰਿਆਂ ਮੰਤਰੀਆਂ ਨੂੰ ਲੈ ਕੇ ਤੁਸੀਂ ਮੁੱਖ ਮੰਤਰੀ ਬਣ ਕੇ ਬਹਿ ਗਏ ਜੇ, ਅਤੇ ਲੋਕਾਂ ਨੂੰ ਫਿਰ ਝੂਠ, ਲੋਕਾਂ ਨੂੰ ਟਰੈਪ ਲਾ ਲਿਆ ਤੁਸੀਂ 3 ਮਹੀਨਿਆਂ ਦੇ ਵਿੱਚ, ਅਨਾਊਂਸਮੈਂਟਸ ਕਰਦੇ ਪਏ ਜੇ ਡੇਂਗੂ 'ਤੇ ਤੁਹਾਡੇ ਕੋਲ ਕੰਟਰੋਲ। ਜਿਹੜੀ ਸਰਕਾਰ ਮੱਛਰ ਨਾਲ ਮੁਕਾਬਲਾ ਨਹੀਂ ਕਰ ਸਕਦੀ, ਮੱਛਰ ਨਾਲ ਡੇਂਗੂ ਹੁੰਦਾ, ਜਿਹੜੀ ਸਰਕਾਰ ਸਫਾਈ ਨਹੀਂ ਕਰ ਸਕਦੀ, ਸਪਰੇਅ ਨਹੀਂ ਕਰ ਸਕਦੀ ਮੱਛਰ ਮਾਰਨ ਵਾਲੀ, ਫੋਗਿੰਗ ਨਹੀਂ ਕਰ ਸਕਦੀ, ਉਹ ਹੋਰ ਕੀ ਕਰੂਗੀ? ਜਿੱਥੇ 4.5 ਸਾਲ ਲੋਕਾਂ ਨੇ, ਜਿਨ੍ਹਾਂ ਨੇ ਜਿਹੜੇ ਜਿਨ੍ਹਾਂ ਨੂੰ ਇਹ ਕਹਿੰਦੇ ਆ ਵੀ ਮਾਫ਼ ਕਰਤੇ ਬਿੱਲ ਜਾਂ ਪਾਣੀ ਦੇ ਮਾਫ਼, ਜਿਨ੍ਹਾਂ ਨੇ ਅੱਗੇ 4-4, 5-5 ਸਾਲ ਨਹੀਂ ਦਿੱਤੇ, 3 ਮਹੀਨੇ ਹੋਰ ਨਹੀਂ ਜਾਣਗੇ ਉਹਨਾਂ ਲਫ਼ਸਰ, ਇਹੀ ਗੱਲ ਆ। ਉਹਨਾਂ ਨੂੰ ਕਿਹੜੀਆਂ ਜਾ ਕੇ ਰਸੀਦਾਂ ਦੇਤੇ ਹੈ? ਵਾਲਾ ਜੀ, ਤਰੇ ਦੀਆਂ ਰਸੀਦਾਂ ਲੈ ਲਓ ਘਰ ਘਰ, ਜਾਂ ਤਾਂ ਇਹ ਕਹਿਣ ਨਾ ਵੀ ਆ ਲਓ ਘਰ ਘਰ ਤੁਹਾਨੂੰ ਤਰਿਆਂ ਦੀਆਂ ਰਸੀਦਾਂ ਦੇ ਦਿੱਤੀਆਂ, ਆਹ ਪਲਾਟ ਦੀ ਰਜਿਸਟਰੀ ਨਾਲ ਫੜ ਲਓ। ਅਤੇ ਇਹ ਜੋ ਅਨਾਊਂਸਮੈਂਟਾਂ 3 ਮਹੀਨੇ 'ਚ, 4.5 ਸਾਲਾਂ 'ਚ ਕੁਛ ਨਹੀਂ ਹੋ ਪਾਇਆ, ਅਤੇ 3 ਮਹੀਨਿਆਂ 'ਚ ਕੁਛ ਨਹੀਂ ਹੋਣਾ, ਇਸ ਕਰਕੇ ਲੋਕ ਇਹਨਾਂ ਦੇ ਟਰੈਪ 'ਚ ਨਾ ਆਉਣ। ਅੱਗੇ ਸਹੁੰਆਂ ਖਾ ਕੇ ਗੁਰੂ ਸਾਹਿਬ ਦੀਆਂ, ਗੁਟਕਾ ਸਾਹਿਬ ਦੀਆਂ ਇਹਨਾਂ ਨੇ ਲੋਕਾਂ ਨੂੰ ਟਰੈਪ 'ਚ ਲਿਆਂਦਾ ਸੀ, ਅਤੇ 4.5 ਸਾਲ ਲੁੱਟਮਾਰ ਕੀਤੀ। ਹੁਣ 3 ਮਹੀਨਿਆਂ ਦੇ ਵਿੱਚ ਫਿਰ ਨਵੇਂ ਤਰ੍ਹਾਂ ਦੇ ਜਿਹੜੇ ਸ਼ਗੂਫੇ ਛੱਡ ਕੇ ਲੋਕਾਂ 'ਤੇ ਟਰੈਪ ਲਾਇਆ ਇਹਨਾਂ ਨੇ, ਅਤੇ ਇਹ ਫਿਰ ਲੋਕ ਜਿਹੜੇ ਆ ਉਹਦੇ 'ਚ ਨਾ ਆ ਜਾਣ। ਇਹੀ ਮੇਰੀ ਲੋਕਾਂ ਨੂੰ ਬੇਨਤੀ ਆ। ਅਤੇ ਜਿਹੜੇ ਸਾਡੇ ਪ੍ਰੇਮ ਅਰੋੜਾ ਜੀ ਆ, ਸ਼ਰੀਫ, ਇਮਾਨਦਾਰ, ਨਹਾਇਤ, ਮੈਂ ਸੱਜਿਓਂ ਖੱਬਿਓਂ ਵੀ ਕਿਸੇ ਨਾਲ ਗੱਲ ਕੀਤੀ ਆ, ਇਹਨਾਂ ਦਾ ਕੋਈ ਮੈਚ ਨਹੀਂ, ਇਹਨਾਂ ਦੇ ਮੈਚ ਦਾ ਕੋਈ ਕੈਂਡੀਡੇਟ ਨਹੀਂ। ਇਸ ਕਰਕੇ ਇਹੋ ਜਿਹੇ ਇਮਾਨਦਾਰ, ਇਹੋ ਜਿਹੇ ਮਿਹਨਤੀ ਆਪਣੇ ਨੁਮਾਇੰਦੇ ਨੂੰ ਜਿਤਾਓ, ਤਾਂ ਕਿ ਵਿਧਾਨ ਸਭਾ 'ਚ ਤੁਹਾਡੀ ਵਕਾਲਤ ਜਾ ਕੇ ਕਰ ਸਕੇ। ਦੇਖੋ, ਮੈਂ ਸਿਰਫ ਇਹ ਫੋਟੋ ਜਿਹੜੀ ਵਾਇਰਲ ਹੋਈ ਆ ਉਹਦੇ 'ਤੇ ਮੈਂ ਕੋਈ ਨਹੀਂ ਕਰੂੰਗਾ ਕਮੈਂਟ ਵੀ ਹਾਂ ਕੋਈ ਦੂਜਾ ਮੰਤਰੀ ਦੋਸ਼ੀ ਹੋ ਗਿਆ, ਕਿਉਂਕਿ ਸਾਡੇ ਨਾਲ ਬਹੁਤ ਸਾਰੇ ਲੋਕ ਫੋਟੋ ਲਵਾ ਕੇ ਚੱਲ ਜਾਂਦੇ ਆ ਵਿਆਹ ਸ਼ਾਦੀਆਂ 'ਚ, ਅਸੀਂ ਕਿਸੇ ਵੇਲੇ ਰੋਟੀ ਖਾਂਦੇ ਪਏ ਹਾਂ ਉੱਥੇ ਕਿਸੇ ਵਿਆਹ ਦੇ ਵਿੱਚ, ਟੇਬਲ 'ਤੇ ਬੈਠੇ ਕੋਈ ਲਾਗੇ ਬੈਠਾ ਫੋਟੋ ਖਿੱਚ ਕੇ ਲੈ ਜਾਂਦਾ ਅਤੇ ਉਹ ਜਾ ਕੇ ਕਤਲ ਕਰਦੇ, ਅਤੇ ਅਸੀਂ ਕਹੀਏ ਵੀ ਉਹ ਕਹਿਣ ਵੀ ਸਾਡਾ ਇਹਦੇ 'ਚ ਦੋਸ਼ ਹੈ। ਹਾਂ, ਇਹਦੀ ਜਾਂਚ ਹੋਣੀ ਚਾਹੀਦੀ ਆ, ਉਹਦਾ ਰੋਲ ਕੀ ਆ, ਉਹਨਾਂ ਨਾਲ ਸੰਬੰਧ ਕੀ ਆ। ਇਹਦੇ ਤੋਂ ਇਲਾਵਾ ਮੈਂ ਨਹੀਂ ਸਮਝਦਾ ਵੀ ਕੋਈ ਸਾਨੂੰ ਜਿਹੜਾ ਵਾ ਇਹਦੇ ਤੋਂ ਵੱਧ ਕਮੈਂਟ ਇਹਦੇ 'ਤੇ ਕਰਨਾ ਚਾਹੀਦਾ। ਪਰ ਜਿਹੜਾ ਕਾਂਡ ਹੋਇਆ ਉੱਥੇ,
ये बहुत हिरदे वधायक वधारक सीगा, बहुत जघन्य कांड होया उत्थे, बहुत मतलब माड़े तरीके ना मारिया गया। ये जिहड़ी आ ये पंजाब दी जिहड़ी आ ये कल्चर नहीं, गुरुआं दी सिक्ख्या नहीं हैगी, ते ये जो निहंगा संघां ने कीता इत्थे वो बिल्कुल विपरीत धर्म दे कीता, ते इहो जिहे दी निखरदी जिन्नी कीती जावे उन्नी घट। ਤੁਸੀਂ ਸਾਹਿਬ ਕੈਪਟਨ ਸਾਹਿਬ ਨੇ ਇੱਕ ਨਵੀਂ ਪਾਰਟੀ ਬਣਾਉਂਦਾ ਹੁਣ ਐਲਾਨ ਕੀਤਾ ਹੈ। ਉਹ ਚਲੋ ਜਿਹੜੇ ਵੈਸੇ ਹੀ ਕੈਪਟਨ ਸਾਹਿਬ ਜਿਹੜੇ ਆ ਤੁਹਾਨੂੰ ਪਤਾ ਭੁੱਗ ਚੁੱਕੇ ਆ, ਉਹਨਾਂ ਨੇ ਜੇ ਅੱਗੇ ਪੌਣੇ ਪੰਜ ਸਾਲ ਡਿਫਾਲਟਰ ਆ ਪੰਜਾਬ ਦੇ, ਉਹ ਦੋਸ਼ੀ ਆ ਪੰਜਾਬ ਦੇ। ਉੱਧਰੋਂ ਬੀਜੇਪੀ ਦੇ ਪੱਲੇ ਹੁਣ ਕੁਛ ਨਹੀਂ ਹੈਗਾ, ਉੱਧਰੋਂ ਕੈਪਟਨ ਦੇ ਪੱਲੇ ਨਹੀਂ ਹੈਗਾ, ਅਤੇ ਜੀਰੋ ਪਲੱਸ ਜੀਰੋ ਜਿਹੜਾ ਵਾ ਸਾਡੇ ਮੋਹਿਤ ਜੀ ਆਉਂਦੇ ਹੁੰਦੇ, ਬਿਗ ਜੀਰੋ ਹੀ ਹੁੰਦੀ ਹੈ। ਦੇਖੋ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਵਾਅਦੇ ਅੱਜ ਤੱਕ ਪੂਰੇ ਕੀਤੇ, ਜਿਹੜੇ ਨਹੀਂ ਕੀਤੇ ਸੀ ਉਹ ਵੀ ਕੀਤੇ। ਕਿਸਾਨਾਂ ਦੀ ਬਿਜਲੀ ਕਿੰਨੇ ਮਾਫ਼ ਕੀਤੀ ਹੈ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮਾਫ਼ ਕੀਤੀ ਸੀ ਬੰਬੀਆਂ ਦੀ। ਗਰੀਬਾਂ ਦੀ 200 ਯੂਨਿਟ ਕਿੰਨੇ ਮਾਫ਼ ਕੀਤੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੀਤੀ। ਆਟਾ ਦਾਲ ਗਰੀਬਾਂ ਵਾਸਤੇ ਸਕੀਮ ਕਿੰਨੇ ਚਲਾਈ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸ਼੍ਰੋਮਣੀ ਅਕਾਲੀ ਦਲ ਨੇ ਚਲਾਈ ਸੀ। ਇਹ ਜਿਹੜਾ ਪੰਜ ਲੱਖ ਰੁਪਏ ਦਾ ਹੈਲਥ ਕਾਰਡ ਲੋਕਾਂ ਦਾ ਫਰੀ ਇਲਾਜ ਜਿਹੜਾ 5 ਲੱਖ ਦਾ, ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਹੁਣ ਤਾਂ ਇਹਨਾਂ ਦੇ ਕਾਰਡ ਹੀ ਨਹੀਂ ਚੱਲਦੇ ਕਿਉਂਕਿ ਕੰਪਨੀਆਂ ਨੂੰ ਪੈਸੇ ਹੀ ਨਹੀਂ ਦਿੰਦੇ, ਇੰਸ਼ੋਰੈਂਸ ਕੰਪਨੀਆਂ ਵਾ, ਉਹਨਾਂ ਨੂੰ ਪੈਸੇ ਦੇਣੇ ਪੈਂਦੇ ਸਰਕਾਰ ਕੋਲ, ਅਤੇ ਹੈ ਕੁਛ ਨਹੀਂ ਗਾ, ਅਨਾਊਂਸਮੈਂਟਾਂ ਕਰਦੇ ਪਏ ਆ। ਜਿਹੜੀ ਸ਼ਗਨ ਸਕੀਮ ਸੀ ਉਹ ਬਾਦਲ ਸਾਹਿਬ ਨੇ ਚਲਾਈ ਸੀ, ਪੈਨਸ਼ਨ ਸਕੀਮ ਬਾਦਲ ਸਾਹਿਬ ਨੇ ਚਲਾਈ ਸੀ, ਸਾਈਕਲ ਗਰੀਬਾਂ ਦੀਆਂ ਬੱਚੀਆਂ ਨੂੰ ਜਿਹੜੇ ਆ ਸਰਕਾਰੀ ਸਕੂਲਾਂ 'ਚ ਪੜ੍ਹਦੀਆਂ ਬਾਦਲ ਸਾਹਿਬ ਨੇ। ਇਸ ਤਰ੍ਹਾਂ ਦੀਆਂ ਸੈਂਕੜੇ ਸਕੂਲਾਂ ਦੀ ਅਪਗ੍ਰੇਡੇਸ਼ਨ, ਮੈਰੀਟੋਰੀਅਸ ਸਕੂਲ, ਹੋਸਪਿਟਲਾਂ ਦੀ, ਇੱਥੇ ਏਮਸ ਬਣਿਆ ਕਿੰਨੇ ਲਵਾਇਆ? ਬਠਿੰਡੇ ਏਮਸ ਕਿੰਨੇ ਲੈ ਕੇ ਆਉਂਦਾ? ਬਾਦਲ ਸਾਹਿਬ ਨੇ। ਇੱਥੇ PGI ਬਣ ਰਿਹਾ ਵਾ, ਉਹ ਕਿੰਨੇ ਲਿਆਂਦਾ? ਬਾਦਲ ਸਾਹਿਬ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵਾ, ਅਰੋੜਾ ਜੀ ਨੇ, ਪ੍ਰੇਮ ਜੀ ਨੇ, ਵੀ ਸਾਨੂੰ ਜਿਹੜਾ ਵਾ ਇੱਥੇ ਮੈਡੀਕਲ ਹਰ ਜ਼ਿਲ੍ਹੇ ਦੇ ਵਿੱਚ ਮੈਡੀਕਲ ਕਾਲਜ ਖੋਲ੍ਹਣ ਦੀ ਅਨਾਊਂਸਮੈਂਟ ਸੁਖਬੀਰ ਬਾਦਲ ਜੀ ਨੇ ਕੀਤੀ ਆ। ਅਸੀਂ ਅੱਜ ਤੱਕ ਜੋ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਉਹ ਪੂਰਾ ਕੀਤਾ। ਸਾਡੀ ਰਵਾਇਤ ਆ, ਜੋ ਕਹਿਣਾ ਉਹ ਕਰਨਾ, ਜੋ ਕਿਹਾ ਸੀ ਉਹ ਕੀਤਾ, ਜੋ ਕਹਾਂਗੇ ਉਹ ਕਰਾਂਗੇ, ਇਹ ਸਾਡੀ ਰਵਾਇਤ ਆ, ਅਤੇ ਅਸੀਂ ਆਪਣੀ ਰਵਾਇਤ ਤੋਂ 1 ਇੰਚ ਵੀ ਪਿੱਛੇ ਨਹੀਂ ਹਟਾਂਗੇ। ਸਰ, ਭਾਜਪਾ ਦੇ ਨਾਲ ਨਾਲ ਅਕਾਲੀ ਦਲ ਦਾ ਵੀ ਵਿਰੋਧ ਕੀਤਾ ਜਾ ਰਿਹਾ, ਅੱਜ ਕਿਸਾਨ ਤੁਹਾਡਾ ਵੀ ਵਿਰੋਧ ਕਰਨਾ ਹੈ ਜਿਹੜਾ ਰੁਕੇ ਗਏ ਨੇ ਉਹ ਕਹਿੰਦੇ। ਦੇਖੋ, ਸਾਡਾ ਵਿਰੋਧ ਨਹੀਂ ਗਾ, ਉਹਨਾਂ ਨੇ ਵੈਸੇ ਇਹ ਕਿਹਾ ਵਾ ਵੀ ਜਿੰਨਾ ਚਿਰ ਸਾਡੇ ਮਸਲੇ ਹੱਲ ਨਹੀਂ ਹੁੰਦੇ, ਜਿੰਨਾ ਚਿਰ ਇਹ ਮੁੱਦਾ ਹੱਲ ਨਹੀਂ ਹੁੰਦਾ, ਜਾਂ ਜਿੰਨਾ ਚਿਰ ਕੋਰਟ ਨਹੀਂ ਲੱਗਦਾ ਉਨਾ ਚਿਰ, ਅਤੇ ਅਸੀਂ ਤਾਂ ਮੀਟਿੰਗ ਹੈ, ਅਸੀਂ ਤਾਂ ਕੋਈ ਜਲਸੇ ਨਹੀਂ ਕਰਦੇ ਪਏ। ਸੁਖਬੀਰ ਜੀ ਨੇ ਆਪਣਾ ਜਿਹੜਾ ਵਾ 100 ਦਿਨ 100 ਸ਼ਹਿਰ ਜਾਂ 100 ਸੀਟ ਦਾ ਜਿਹੜਾ 100 ਸੀਟ ਦਾ ਜਿਹੜਾ ਸੀ ਮੁੱਦਾ, ਉਹ ਤਿਆਗਤਾ ਕਿਸਾਨਾਂ ਦੀ ਜਿਹੜੀ ਹੈ, ਜੋ ਇਸ ਮੁੱਦੇ ਕਰਕੇ ਵੀ ਉਹਨਾਂ ਨੇ ਕਿਹਾ ਤੁਸੀਂ ਰੁਕ ਜਾਓ। ਅਤੇ ਜੇ ਹੁਣ ਅਸੀਂ ਇਹ ਮੀਟਿੰਗਸ ਛੁੱਟੀਆਂ ਵਪਾਰੀਆਂ ਦੇ ਨਾਲ ਉਹ ਧਾਰਮਿਕ ਜਥੇਬੰਦੀਆਂ ਨੇ ਕਰਦੇ ਪਏ, ਮੇਰਾ ਖਿਆਲ ਆ ਵੀ ਕਿਸਾਨ ਜਥੇਬੰਦੀਆਂ ਨੂੰ ਜਿਨ੍ਹਾਂ ਦੀ ਅਸੀਂ ਸਪੋਰਟ ਕੀਤੀ ਸ਼ੁਰੂ ਤੋਂ, ਮੇਰਾ ਨਿਸ਼ਕਾਸਨ ਹੋਇਆ BJP ਦੇ ਵਿੱਚੋਂ, 35 ਸਾਲ ਮੈਂ ਪਾਰਟੀ 'ਚ ਕੰਮ ਕੀਤਾ, ਨੈਸ਼ਨਲ ਪਾਰਟੀ ਆ, ਅਤੇ ਕਿਸਾਨਾਂ ਦੀ ਹਮਾਇਤ ਕਰਕੇ ਹੋਇਆ। ਹੁਣ ਮੇਰਾ ਵੀ ਜੇ ਇਹ ਇਸ ਕਰਕੇ ਵੀ ਮੈਂ ਇੱਥੇ ਮਾਨਸੇ ਹਾਂ ਅਤੇ ਵਿਰੋਧ ਕਰਨਾ, ਤਾਂ ਮੇਰਾ ਨਹੀਂ ਖਿਆਲ ਇਹ ਕੋਈ ਜੈਨੂਅਨ ਗੱਲ ਆ। ਅਸੀਂ ਤਾਂ ਸਪੋਰਟ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਸਪੋਰਟ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ਲਾਏ, ਹੋਸਪਿਟਲ ਮੈਡੀਕਲ ਦੀਆਂ ਫੈਸਿਲਿਟੀਜ਼ ਦਿੱਤੀਆਂ, ਉੱਥੇ ਕਈ ਕੁਛ ਕੀਤਾ ਜਿਹੜਾ ਵਾ ਜਦੋਂ ਅੰਦੋਲਨ ਚੱਲਦਾ ਸੀ, ਹਰ ਪਾਸੇ ਉਹਨਾਂ ਨੂੰ ਜਿਹੜੀ ਆ ਉਹ ਕਾਨੂੰਨੀ ਸਹਾਇਤਾ ਦਿੱਤੀ ਜਦੋਂ ਫੜੇ ਗਏ ਬੰਦੇ। ਅਤੇ ਜੇ ਇੰਨੀ ਸਪੋਰਟ ਕਰਨ ਵਾਲੀਆਂ ਪਾਰਟੀਆਂ ਦੀ ਵੀ ਜਿਹੜੀ ਆ ਉਹ ਵਿਰੋਧ ਤਾਂ ਹੋਣੀ ਆ, ਅਤੇ ਫਿਰ ਕਿਸਾਨੀ ਅੰਦੋਲਨ ਮੇਰਾ ਖਿਆਲ ਹੈ ਕਮਜ਼ੋਰ ਹੋਊਗਾ। ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਇਹ ਸਮਝਣਾ ਚਾਹੀਦਾ, ਸੋਚਣਾ ਚਾਹੀਦਾ ਕਿ ਜਿਹੜੀਆਂ ਉਹਨਾਂ ਦੀ ਹਮਾਇਤ ਕਰਦੀਆਂ ਵਾ ਪਾਰਟੀਆਂ, ਅਕਸਰ ਨੂੰ ਰਾਜਨੀਤਿਕ ਬੰਦਿਆਂ ਨੇ ਰਾਜਨੀਤੀ ਕਰਨੀ ਆ। ਅਸੀਂ ਜਿਹੜਾ ਵਾ ਇਲੈਕਸ਼ਨ ਆਉਣ ਵਾਲੀ ਆ, ਅਸੀਂ ਲੋਕਾਂ ਨੂੰ ਮਿਲਣਾ। ਅਸੀਂ ਪੰਜਾਬ ਦੇ ਕਿਸਾਨਾਂ ਨੂੰ ਇਹ ਕਿਹਾ ਵਾ ਵੀ ਆਉਂਦਿਆਂ ਹੀ ਬਿੱਲ ਰੱਦ ਕੀਤੇ ਜਾਣਗੇ। ਮੈਂ ਤਦ ਹੀ ਕਿਹਾ ਸੀ ਨਾ ਵੀ ਇਹ ਜੇ ਚਾਹੁੰਦੀ ਕਾਂਗਰਸ ਦੀ ਸਰਕਾਰ ਤਾਂ ਮਸਲਾ ਹੱਲ ਹੋ ਜਾਣਾ ਸੀ। ਬਦਨੀਤੀ ਇੱਥੇ ਸੀ ਪੰਜਾਬ ਦੀ ਸਰਕਾਰ 'ਚ, ਇਹ ਜਾ ਕੇ ਬਹਿੰਦੇ, ਹੁਣ ਜਾ ਕੇ ਬਹਿੰਦੇ ਆ ਅਮਿਤ ਸ਼ਾਹ ਜੀ ਕੋਲ, ਮੋਦੀ ਜੀ ਕੋਲ, ਉਦੋਂ ਕਿਉਂ ਨਹੀਂ ਬੈਠੇ? ਹੁਣ ਇਹ ਕਹਿੰਦੇ ਪਏ ਆ ਮਸਲਾ ਹੱਲ ਹੋ ਜੇ ਤਾਂ ਮੈਂ ਜਾ ਗੱਠਜੋੜ ਕਰ ਲਾਂ BJP ਨਾਲ, ਇਹਦਾ ਮਤਲਬ ਕੀ ਘਾਲਮੇਲ ਸੀ? ਇੱਥੋਂ ਸਾਜਿਸ਼ ਦੀ ਬੋ ਨਹੀਂ ਆਉਂਦੀ ਵੀ ਇਹ ਜਾਣ ਕੇ ਵਧਾਇਆ ਗਿਆ, ਇਹ ਅੰਦੋਲਨ ਨੂੰ ਜਾਣ ਕੇ ਭੜਕਾਇਆ ਗਿਆ, ਉਲਝਾਇਆ ਗਿਆ? ਜੇ ਮਸਲਾ ਹੱਲ ਕਰਨ ਦੀ ਕਪੈਸਿਟੀ ਸੀਗੀ ਕੈਪਟਨ ਸਾਹਿਬ ਦੀ, ਤਾਂ ਉਦੋਂ ਦਾ ਕਿਉਂ ਨਹੀਂ ਕੀਤਾ? ਇੰਨਾ ਪੰਜਾਬ ਦਾ ਨੁਕਸਾਨ ਕਰਾਇਆ, ਫਾਈਨੈਂਸ਼ੀਅਲ ਨੁਕਸਾਨ ਕਰਾਇਆ, ਜਾਨਾਂ ਦਾ ਨੁਕਸਾਨ ਕਰਾਇਆ, ਇੰਨਾ ਵਪਾਰੀਆਂ ਦਾ ਨੁਕਸਾਨ ਕਰਾਇਆ। ਇਸ ਕਰਕੇ ਇਹ ਸਾਜਿਸ਼ਾਂ ਜਿਹੜੀਆਂ ਇਹ ਐਕਸਪੋਜ਼ ਹੋਣਗੀਆਂ ਲੋਕਾਂ ਦੇ ਸਾਹਮਣੇ। ਸਵਾਲ ਲੈ ਕੇ ਆਏ ਨੇ ਜੀ ਸਾਡੇ ਕੋਲ, ਦੱਸੋ ਕੀ ਸਵਾਲ ਲੈ ਕੇ ਆਏ? ਮਿਲਣਾ ਚਾਹੁੰਦੇ? ਮਿਲਣਾ ਸੀ, ਮਿਲਾਂਗੇ, ਬਿਲਕੁਲ ਮਿਲਾਂਗੇ ਜੀ। ਮੈਂ ਤਾਂ ਬਿਲਕੁਲ ਮਿਲੂੰਗਾ, ਮੈਂ ਤਾਂ ਇਹ ਵੀ ਕਿਹਾ ਸੀ ਉਦੋਂ ਮੇਰੀ ਰਾਜੇਪਾਲ ਜੀ ਨਾਲ ਗੱਲ ਹੋਈ ਸੀ, ਮੇਰੀ ਉਹ ਡਾਕਟਰ ਕੀ ਨਾਮ ਉਹਨਾਂ ਦਾ, ਦਰਸ਼ਨਪਾਲ ਜੀ ਨਾਲ ਗੱਲ ਹੋਈ ਸੀ। ਮੈਂ ਉਹਨਾਂ ਨੂੰ ਕਿਹਾ ਸੀ ਜਦੋਂ ਮੈਂ ਹਾਲੇ ਕਿਸੇ ਪਾਰਟੀ ਸ਼ਾਮਿਲ ਨਹੀਂ ਸੀ ਹੋਇਆ, ਤਾਂ ਮੈਂ ਕਿਹਾ ਸੀ ਮੈਂ ਆਉਣਾ ਚਾਹੁੰਦਾ ਉੱਥੇ ਸਿੰਘੂ ਬਾਰਡਰ 'ਤੇ, ਮੈਂ ਤੁਹਾਨੂੰ ਮਿਲਣਾ ਚਾਹੁੰਦਾ, ਮੈਂ ਨਮਸਕਾਰ ਕਰਨਾ ਚਾਹੁੰਦਾ ਮੈਂ ਵੀ ਤੁਸੀਂ ਇੰਨਾ ਲੰਬਾ ਇੰਨਾ ਪੀਸਫੁੱਲ ਅੰਦੋਲਨ ਚਲਾਇਆ, ਅਕਸਰ ਨੂੰ ਤੁਸੀਂ ਵੀ ਜਿਹੜਾ ਵਾ ਤੁਹਾਡੇ 'ਚ ਕੀ ਐਸਾ ਗੁਣ ਆ, ਮੈਂ ਤੁਹਾਡੇ ਨਾਲ ਦਰਸ਼ਨ ਕਰਨਾ ਚਾਹੁੰਦਾ।
पर उन्होंने कहा भी असी जथेबंदियां जिहड़ियां वो सहमति नहीं कई बारी हुंदी आपस दे विच 32 जथेबंदियां ते मैनू नहीं कहा मैं नहीं गया उत्थे पर ये आ भी असी ते उन्होंने सपोर्टर हाँ श्रोमणी अकाली दल भी सपोर्टर आ ते जिहड़े असी इस श्रोमणी अकाली दल शामिल होए हाँ इसे करके भी इस श्रोमणी अकाली दल ने पंजाब के किसानों की शुरू तो हमायत की है अज तक हमायत करता है इस करके इस पार्टी से तो अक्सर पॉलिटिक्स जो करनी है तो असी वो पार्टी छड़ी जिदा जिदे एलीगेशन करते हूँ इतने आए तो हूँ कहदा विरोध है। ओके सर ओके।